ਨੀਤੀ ਆਯੋਗ ਨੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਨਾਲ ਮਿਲ ਕੇ ਸਮਾਜਿਕ ਖੇਤਰ ਵਿੱਚ ਬਿਹਤਰੀਨ ਅਭਿਆਸ ਸੰਖੇਪ 2023 ਨੂੰ ਜਾਰੀ ਕੀਤਾ। ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਦੇ ਮੱਦੇਨਜ਼ਰ ਅਤੇ ਕੇਂਦਰੀ ਮੰਤਰੀਆਂ ਤੇ ਰਾਜ ਸਰਕਾਰਾਂ ਦੇ ਯਤਨਾਂ ਨੂੰ ਉਜਾਗਰ ਕਰਨ ਲਈ ਇਸ ਸੰਖੇਪ ਵਿੱਚ 14 ਪ੍ਰਮੁੱਖ ਸਮਾਜਿਕ ਖੇਤਰਾਂ ਦੇ ਅਧਿਐਨ ਸ਼ਾਮਲ ਨੇ। ਇਸ ਬਾਰੇ ਜਾਣਕਾਰੀ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰ ਸਰਕਾਰ ਦੇ 30 ਮੰਤਰਾਲਿਆਂ ਤੇ ਵਿਭਾਗਾ ਤੋਂ ਪ੍ਰਾਪਤ ਕੀਤੀ ਗਈ ਹੈ। ਇਸ ਦਾ ਮਕਸਦ ਭਵਿੱਖ ਲਈ ਸਿੱਖਣਾ ਹੈ ਤਾਂ ਕਿ ਜ਼ਮੀਨੀ ਪੱਧਰ ਤੇ सुधार किया जा सके